गुजरी हुई अज ना सानू आई जी स्पेशल दावत नाल कल ही सानू कहा गया सी कि तुसी साडे कोल आना ते इधर वेखो ए हुन पापा जी दे कारण ने वाल कंगे मैं तो रेडी मम्मा ने क्या है तेरी मुबारक होया नहीं तेरी और मेरी भी फुल लुक बहा दो मैं दिखा ना अस्सलाम वालेकुम वेलकम टू न्यू व्लॉग आज जी माशाल्लाह ईद का दूसरा दिन है ते मेरे वालों तमाम भैन भरावों नूं ईद का दूसरा दिन ज़्यादा ज़्यादा मुबारक होए ते हसीना कहने उन्हें मम्मा दस दी ईद तो बाद जो दो दिन होंगे एक होंगे टरू एक होंगे मरू तो असं कहने टरू वाले दिन दूसरा दिन ईद की जिंदगी का दरमियान है तो मरू वाले दिन ईद खत्म मर जाती है तो असं निके होंगे एवं सोचते हूँ सानू समझ आ गई एवें नहीं होंगे तो बाकी जी अज ना सानू आई जी स्पैशल दावत ना कल ही सानू कहा गया सी कि तुसी साडे कोल आना है ते लेकिन राती असी गल्ला करदे रहे ते इन्नी देर हो गई सानू ते असी दे इन्नी देर बाद सुते ते हुण ना दो को घंटे होए असी उठे टाइम वेख के सारे जने कहिंदे हैं असी इन्नी लेट उठे आ ते बाकी फिर मम्मा ने नाश्ता वगैरह सारे नु करवाया ते हुण जी सारे जने रेडी हो रहे ने ते आपां वेखो जी रेडी हो गया होया अज मैं जी नया स्टाइल ना दुपट्टा लिया वा हिजाब गोल नहीं किया सिर्फ दुपट्टा लिया है ते एवें दा दुपट्टा मैनू बहुत पसंद है लैणा ठीक है ते बाकी जी हुण मम्मा बर्तन वॉश कर रही ते पापा भी उवें बैठे ने सानू बच्चियां नु रेडी कर को असी बच्चे रेडी होई जा रहे ते मम्मा पापा जिहड़े ना मैं पापा नु कहा पापा तुसी ते पापा कहिंदे पुत्तर तुसी तैयार हो गया समझो असी भी तैयार हो गया मां प्यो नु बस आ ही हुंदा ते बाकी हमेशा आमना दा रौला रहिंदा जड़ा भी वावे ची 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 आमना दी सुननी पैंदी ते इधर वेखो ए हुण पापा जी दे कारण ने वाल कंगे अस्सलाम वालेकुम पापा कल मैनू कहा भी सी भी थोड़ा को तेल ला ला ਕਹਿੰਦੀ ਸੀ ਲੈ ਈਦ ਵਾਲੇ ਦਿਨ ਕੌਣ ਤੇਲ ਲਾਉਂਦਾ ਈਦ ਵਾਲੇ ਦਿਨ ਕੌਣ ਤੇਲ ਲਾਉਂਦਾ ਚਿੰਗਮ ਲਾਈ ਹੈ ਵਾਲਾਂ ਦੇ ਕੀ ਕੀਤਾ ਹੈ ਨਹੀਂ ਚਿੰਗਮ ਕਿੱਥੋਂ ਲੱਗਦੀ ਚਿੰਗਮ ਤਾਂ ਨਹੀਂ ਲੱਗਦੀ ਖਾਰ ਤੇ ਆ ਵੇਖੋ ਹੁਣ ਇਹ ਵਾਲਾਂ ਨੂੰ ਕੀ ਬਬਲ ਲਾਈ ਨਹੀਂ ਤੇ ਬਬਲ ਲੱਗੀ ਹੋਈ ਆ ਵੇਖ ਜਗ੍ਹਾ ਜਗ੍ਹਾ ਬਬਲ ਤਾਂ ਕੱਲ ਖਾਧੀ ਨਹੀਂ ਤੇ ਫਿਰ ਕਿਵੇਂ ਬਬਲ ਲੱਗ ਗਈ ਤੇ ਬਾਕੀ ਜੀ ਤੁਹਾਨੂੰ ਮੈਂ ਹਾਵਾ ਕਮੜੇ 'ਚ ਖਿਲਾਰਾ ਹੋਵੇ ਮੰਮਾ ਕਹਿੰਦੀ ਹੈਲੋ ਹਾਏ ਮੰਮਾ ਕਹਿੰਦੀ ਪੁੱਤਰ ਹੁਣ ਮੈਨੂੰ ਭੰਡ ਚੋ ਕੇ ਖਿਲਾਰੇ ਚੁੱਕਣੇ ਪੈਣੇ ਤੇ ਇੱਧਰ ਵੇਖੋ ਜੀ ਮੈਂ ਪਾਪਾ ਕੋਲੋਂ ਪਹਿਲੇ ਤਾਂ ਇਰਾਦਾ ਸੀ ਕਿ ਜਿਹੜੇ ਨਾ ਪਾਪਾ ਜੀ ਨੇ ਪਾਪਾ ਕਹਿ ਰਹੇ ਸੀ ਕਿ ਮੈਂ ਨਹੀਂ ਜਾਣਾ ਤੇ ਹੁਸੈਨ ਕਹਿ ਰਹਾ ਸੀ ਮੈਂ ਵੀ ਘਰ ਰਹਿ ਲਾਂਗਾ ਪਾਪਾ ਦੇ ਨਾਲ ਤੇ ਬਾਅਦ 'ਚ ਫਿਰ ਇਰਾਦਾ ਬਣਿਆ ਕਿ ਨਹੀਂ ਜੀ ਸਾਰਿਆਂ ਨੇ ਹੀ ਜਾਣਾ ਵਾ ਤੇ ਬਾਕੀ ਹੁਣ ਖਿਲਾਰਾ ਵੇਖੋ ਇਹ ਹੁਣ ਮੈਂ ਕਿਹਾ ਵੀ ਮੈਂ ਚੁੱਕ ਦਿੰਦੀ ਹਾਂ ਮਾੜਾ ਮੋਟਾ ਕੁਛ ਕਰ ਲਵਾਂ ਤੇ ਫਿਰ ਮੈਂ ਯਾਦ ਆਇਆ ਮੈਂ ਆਪਦੇ ਵੀਵਰਸ ਨੂੰ ਤਾਂ ਦੱਸਾਂ ਅੱਜ ਅਸੀਂ ਸਪੈਸ਼ਲ ਜਗ੍ਹਾ 'ਤੇ ਜਾ ਰਹੇ ਹਾਂ ਆਖਿਰ ਤਾਂ ਦੱਸਣਾ ਜ਼ਰੂਰੀ ਹੁੰਦਾ ਤੇ ਬਾਕੀ ਜੀ ਜਿਹੜਾ ਨਾ ਸਾਡੇ ਨਾਲ ਇੱਕ ਹੋਰ ਗੱਲ ਦੱਸਾਂ ਚਾਚੂ ਹੋਰੇ ਵੀ ਜਾ ਰਹੇ ਨੇ ਫਿਰ ਜਦੋਂ ਸਾਰੇ ਜਣੇ ਮਿਲ ਕੇ ਜਾਂਦੇ ਨੇ ਨਾ ਤੇ ਉਦੋਂ ਸਗੋਂ ਬੰਦੇ ਨੂੰ ਜ਼ਿਆਦਾ ਖੁਸ਼ੀ ਹੁੰਦੀ ਹੈ ਠੀਕ ਹੈ ਤੇ ਬਾਕੀ ਹੁਣ ਬਾਕੀ ਸਾਰਾ ਖਿਲਾਰ ਚੁੱਕਿਆ ਗਿਆ ਬਸ ਬਰਤਨ ਰਹਿ ਗਿਆ ਤੇ ਕਮਰੇ 'ਚੋਂ ਆ ਬਿਸਤਰ ਵਗੈਰਾ ਉਠਾਉਣ ਨਾਲ ਲੈ ਕੇ ਝਾੜੂ ਵੀ ਮੰਮਾ ਨੇ ਮਾਸ਼ਾਅੱਲਾ ਫੇਰ ਲਿਆ ਸੀ ਤੇ ਮੈਂ ਐਡਾ ਸੋਹਣਾ ਸੂਟ ਪਾ ਕੇ ਥੱਲੇ ਜੁੱਤੀ ਵੇਖੋ ਭਾਈ ਹੁਣ ਮੈਂ ਜੁੱਤੀ ਵੀ ਚੇਂਜ ਕਰਾਂ ਮੇਰੇ ਵੱਖਰੇ ਹੀ ਟੋਟ ਕੇ ਹੁੰਦੇ ਨੇ ਬਿਸਮਿਲਾ ਹੀ ਰਾਮ ਨਵੀਂ ਚੀਜ਼ ਪਾਉਂਦੇ ਹੋਇਆ ਬਿਸਮਿਲਾ ਪੜ੍ਹ ਲੈਣੀ ਚਾਹੀਦੀ ਫਿਰ ਬਰਕਤ ਆ ਜਾਂਦੀ ਹਾਂਜੀ ਪਾਪਾ ਹੋਰ ਵੇਖੋ ਕਿਹੜੀਆਂ ਜੁੱਤੀਆਂ ਹੈ ਦੇਖੋ ਜੀ ਆਮਨਾ ਦੇ ਵਾਲ ਹੋ ਗਏ ਐ ਹੈ ਖੁੱਲੇ ਛੱਡ ਲਾ ਵਾਲ ਨਹੀਂ ਬੱਬੂ ਹੇਅਰ ਕੈਚ ਲਾ ਲਾ ਤਾਂ ਖੁੱਲੇ ਛੱਡ ਨਹੀਂ ਆ ਲਾ ਆਮਨਾ ਨੂੰ ਜਿਹੜਾ ਉਹ ਪੋਨੀ ਜੀ ਦਾ ਸ਼ੌਕ ਚੜਿਆ ਕਹਿੰਦੀ ਉੱਚੀ ਪੋਨੀ ਕਰਕੇ ਤੇ ਮੇਰੇ ਲਾ ਦੋ ਬਸ ਇਹ ਤਾਂ ਆਮਨਾ ਦਾ ਸੂਟ ਦੇਖੋ ਜੀ ਆ ਵੇਖੋ ਜੀ ਆਮਨਾ ਦਾ ਮਾਸ਼ਾਅੱਲਾ ਸੂਟ ਲਾਉਣੀ ਪੈਣਾ ਆਮਨਾ ਤੂੰ ਮੇਕਅਪ ਕੀਤਾ ਤੈਨੂੰ ਮੈਂ ਕਿਹਾ ਵੀ ਧੋਣ ਤੇ ਭਰਾ ਬੇਸਨ ਵਾਲਾ ਮੂੰਹ ਚਿੱਟਾ ਲੈ ਧੋਣ ਕਾਲੀ ਪੈ ਆਨਾ ਦਾ ਸੂਟ ਐਵੇਂ ਲੱਗਣ ਦੇ ਜਿਵੇਂ ਮਲੰਗ ਹੁੰਦੀ ਆ ਬਾਪਾ ਖਾਦਾ ਐਵੇਂ ਲੱਗਣ ਦੇ ਆ ਵੇਖ ਸਾਰ ਸਾ ਪਾਪਾ ਉਹਨੇ ਨਹੀਂ ਉਹਨੇ ਰੋਣਾ ਸੀ ਤੁਸੀਂ ਕਰਦਾ ਤੇ ਉਡਾਉਣ ਲੱਗ ਅੱਡੀ ਸੋਹਣੀ ਮੇਰੀ ਭੈਣ ਲੱਗਣ ਦੇ ਹੀ ਹੈ ਹੂਰ ਭਰੀਆਂ ਵਗਦੀ ਸ਼ਨੇਲਾ ਦੀ ਹੂਰ ਭਰੀ ਮੈਂ ਤਾਂ ਰੈਡੀ ਬਾਕੀ ਜੀ ਹੁਣ ਹੁਸੈਨ ਵੀ ਆ ਗਿਆ ਵੀ ਪਾਪਾ ਜੀ ਮੇਰੇ ਵਾਲ ਵਾਧੋ ਤੇ ਹੁਣ ਪਾਪਾ ਵਾਲ ਕੰਗੀ ਕਰਨਗੇ ਸਾਰਿਆਂ ਦੇ ਤੇ ਮੈਂ ਹੁਣ ਖਲਾਰਾ ਖਲੂਰਾ ਚੱਕਾਂ ਮੰਮਾ ਦੀ ਕੋਈ ਹੈਲਪ ਕਰੀਏ ਤੇ ਫੇਰ ਹੀ ਜਾਣਾ ਨੇ ਬੰਨਾ ਮੈਂ ਬਸ ਵਾਲ ਵਾਧਤੇ ਨੇ ਆਪਣਾ ਤੇ ਹੁਣ ਬੇਟਾ ਤੂੰ ਪੋਨੀ ਪੋਨੀ ਕਰ ਦੇ ਜਿਵੇਂ ਕਰਨੀ ਪਾਪਾ ਉੱਚੀ ਪੋਨੀ ਮੈਨੂੰ ਨਹੀਂ ਕਰਨੀ ਆਂਦੀ ਉੱਚੀ ਮੰਮੀ ਨੇ ਪੋਨੀ ਕਰੇਗੀ ਤੇ ਨਾਲ ਬੈਨ ਮੈਂ ਲਾ ਦੇ ਹਾਂ ਤੇ ਮੈਂ ਖਲਾਰਾ ਖਲੂਰਾ ਚੱਕ ਲਵਾਂ ਹੁਣ
A few moments later. ਮਾਸ਼ਾਅੱਲਾ ਜੀ ਹੁਣ ਮੈਂ ਸਾਰੇ ਖਿਲਾਰੇ ਉਠਾ ਲਿਆ ਹੋਏ ਨੇ ਇੱਧਰ ਵੇਖੋ ਜੀ ਆਹ ਬੈੱਡ ਬੁੱਡ ਸਾਫ਼ ਕਰ ਲਿਆ ਇਹਦੀ ਨਾ ਹੁਣ ਅਗਰ ਅਸੀਂ ਚਾਦਰ ਵਿਛਾਈ ਤਾਂ ਸਾਨੂੰ ਪੂਰਾ ਘੱਟ ਲੱਗ ਜਾਣਾ ਕਿਉਂਕਿ ਮੇਰੀ ਮੰਮਾ ਚਾਦਰ ਇਸ ਤਰੀਕੇ ਨਾਲ ਵਿਛਾਉਂਦੀ ਕਿ ਉਹ ਪੈਰ ਸਹੀ ਕਰਨ ਲੱਗਿਆ ਵੀ ਘੰਟਾ ਲੱਗਦਾ ਮੰਮਾ ਕਹਿੰਦੇ ਸੀ ਪੁੱਤਰ ਮੈਂ ਆ ਕੇ ਤੇਰੇ ਨਾਲ ਕਰਵਾਉਂਦੀ ਕਿਉਂਕਿ ਮੇਰੀ ਇਕੱਲੀ ਕੋਲੋਂ ਇਹ ਚਾਦਰ ਨਹੀਂ ਸਹੀ ਹੋਣੀ ਅਤੇ ਬਾਕੀ ਆਹ ਵੇਖੋ ਜੀ ਸਾਰੀ ਸਫਾਈ ਸਫੂਈ ਕਰ ਲਈ ਹੋਈ ਹੈ ਅਤੇ ਬਾਕੀ ਹੁਣ ਤੁਹਾਨੂੰ ਬਾਹਰੋਂ ਵੀ ਵਹਾਨੇ ਟਾਈਮ ਵਾਹਵਾ ਹੋਇਆ ਪਿਆ ਗੱਡੀ ਵਾਲੇ ਦੇ ਆਉਣ ਦਾ ਟਾਈਮ ਹੋਇਆ ਪਿਆ ਅਤੇ ਬਾਕੀ ਹੁਣ ਵੇਖੋ ਅੱਗੇ ਕੀ ਬਣਦਾ ਹੈਗਾ ਹੈ ਅਤੇ ਇਹ ਵੇਖੋ ਜੀ ਹੁਣ ਸਾਰੇ ਘਰ ਹੈਲੋ ਗਾਈਸ ਇਹ ਵੇਖੋ ਜੀ ਮੈਂ ਇੱਥੋਂ ਵੀ ਸਫਾਈ ਕੀਤੀ ਮੈਂ ਕਿਹਾ ਵਹਾ ਦੇਵਾਂ ਨਾ ਆਪਦੇ ਵੀਵਰਸ ਨੂੰ ਹੈ ਵੀ ਸਹੀ ਗੱਲ ਹੈ ਨਾ ਸੈਨ ਨੇ ਲਾ ਲਈ ਜੈਲ ਜ਼ੈਨ ਨੇ ਵੀ ਲਾਈ ਇਹਨਾਂ ਦੋਵਾਂ ਨੂੰ ਵਾਲ ਵਾਹਣ ਦਾ ਹੀ ਤਰੀਕਾ ਨਹੀਂ ਆਉਂਦਾ ਲੈ ਰੋਹਿਤ ਪਾਪਾ ਨੇ ਫਿਰ ਵਾਏ ਇਹਨਾਂ ਦੇ ਵਾਲ ਆਮ ਨੂੰ ਦਿਖਾਓ ਹੈਂਡ ਆਪਕੀ ਇੱਕ ਰਿੰਗ ਕਹਾਂ ਹੈ ਗਵਾਚ ਗਈ ਨਹੀਂ ਗਵਾਚ ਗਈ ਰੁਕੋ ਮੈਂ ਜਨੀ ਇੱਥੇ ਮੈਂ ਵੇਖੀ ਸੀ ਇਹਦੀ ਰਿੰਗ ਲੈ ਚੱਲ ਇੱਥੇ ਖੜੀ ਹੋ ਸੀਨ ਕਰਦੇ ਸੀ ਚੱਲ ਆਪ ਹੀ ਦੇ ਦੇ ਚਲੋ ਪਾਪਾ ਜੀ ਆ ਵੀਡੀਓ ਸ਼ੂਟ ਕਰੋ ਚੱਲ ਚਲੋ ਮੈਂ ਕਰਦਾ ਹਾਂਜੀ ਪੜ ਚਲੋ ਆਮ ਦਾ ਕੰਮ ਹਮ ਰਿੰਗ ਦੇ ਵੀ ਨਹੀਂ ਮੈਰੀ ਮੀ ਨਹੀਂ ਤੇ ਬਾਕੀ ਜੀ ਹੁਣ ਸਾਰੇ ਭੈਣ ਭਰਾ ਮੇਰੀਆਂ ਰਿੰਗਾਂ ਵੇਖੋ ਕਿਹੜੀਆਂ ਸੋਹਣੀਆਂ ਲੱਗਣ ਦੀ ਮੈਂ ਨਕਲੀ ਨੋ ਲਾ ਤੇ ਉਹ ਨਾ ਮੈਂ ਨਾ ਇੱਕ ਤਸਵੀਰ ਖਿੱਚੀ ਜਦੋਂ ਮੈਂ ਤਸਵੀਰ ਜ਼ੂਮ ਕਰਕੇ ਵੇਖੀ ਮੇਰਾ ਹੱਥ ਐਵੇਂ ਲੱਗੇ ਜਿਵੇਂ ਕਾਂ ਦੇ ਪੰਜੇ ਨਹੀਂ ਹੁੰਦੇ ਸੜੇ ਹੋਏ ਮੈਂ ਨੋ ਲਾ ਤੇ ਮੈਂ ਕਿਹਾ ਆਪਦੇ ਅਸਲੀ ਨੋਹਾਂ ਤੇ ਹੀ ਰੇਲ ਵਾਲਾ ਚਲਾ ਲਈਏ ਆਹੀ ਸਹੀ ਹੈ ਅਦਰ ਮਾਨਵੀ ਆ ਗਏ ਨਵੇਂ ਸੂਟ ਸ਼ੂਟ ਪਾ ਕੇ ਨਹੀਂ ਅਦਰ ਮਾਨ ਕਹਿ ਤਾਂ ਭਾਈ ਆਪ ਵੰਡ ਜਾਣਾ ਤੇ ਹੁਣ ਫਿਰ ਭਾਈ ਉਹ ਜਾਂਦਾ ਆਪਣੇ ਨਾਲ ਤੇ ਇੱਧਰ ਵੇਖੋ ਮੰਮਾ ਨੇ ਚਾਦਰ ਧੋ ਕੇ ਸੁੱਕਣੇ ਪਾਤੀ ਮਗਨ ਦੀ ਮੈਂ ਭਾਈ ਲੈ ਕੇ ਜਾਣ ਤੇ ਭਾਈ ਹੁਣ ਚਾਚੂ ਰੇ ਸਾਰੇ ਰੈਡੀ ਹੋ ਗਏ ਸਾਡੀਆਂ ਹੀ ਤਿਆਰੀਆਂ ਨੇ ਇੱਥੇ ਪੂਰੀਆਂ ਹੁੰਦੀਆਂ ਪਾਪਾ ਅੱਗੇ ਮੰਮਾ ਨੂੰ ਕਹਿੰਦੇ ਸੀ ਤੂੰ ਤਿਆਰ ਹੋ ਜਾ ਹਰ ਜਗ੍ਹਾ ਤੇ ਮੇਰੀ ਮੰਮਾ ਲੇਟ ਹੁੰਦੀ ਮੇਰੀ ਮੰਮਾ ਦੇ ਕੰਮ ਹੀ ਨਹੀਂ ਖਤਮ ਹੁੰਦੇ ਪਤਾ ਨਹੀਂ ਕੀ ਹੈਗਾ ਤੇ ਬਾਕੀ ਪਾਪਾ ਜੀ ਵੈਸੇ ਤੁਹਾਡੇ ਸੂਟ ਮੈਂ ਤੁਹਾਡੇ ਸੂਟ ਦੇ ਰੰਗ ਵਗੈਰਾ ਹੋਣਾ ਚਾਹੀਦਾ ਸੀ ਜੈਨ ਦੇ ਸੂਟ ਕੋਈ ਹਾਲ ਨੀ ਤੇ ਚਲੋ ਹੁਣ ਇਹਨੂੰ ਰਿੰਗ ਲੱਭ ਕੇ ਦਈਏ ਤੇ ਫਿਰ ਅੱਗੇ ਵੇਖੀਏ ਕੀ ਕਰਨ ਮੰਮਾ ਨੂੰ ਕਹੀਏ ਵੀ ਹੋ ਜਾਓ ਤਿਆਰ ਮਾਸ਼ਾਅੱਲਾ ਜੀ ਹੁਣ ਕੈਦੀਬੇ ਵਾਲਾ ਆ ਗਿਆ ਤੇ ਸਾਰੇ ਜਣੇ ਅਸੀਂ ਤਿਆਰ ਹੋ ਗਏ ਹਾਂ ਸ਼ੁਕਰ ਅਲਹਮਦੁਲਿਲਾ ਬਹੁਤ ਮੁਸ਼ਕਲ ਨਾਲ ਅਸੀਂ ਤਿਆਰ ਹੋਏ ਹਾਂ ਤੇ ਚਾਚੂ ਹੋਰੇ ਵੀ ਮਾਸ਼ਾਅੱਲਾ ਸਾਰੇ ਜਣੇ ਤਿਆਰ ਹੋ ਗਏ ਨੇ ਹੁਣ ਇਹਨਾਂ ਨੂੰ ਅੰਦਰੋਂ ਆਵਾਜ਼ ਮਾਰੀਏ ਵੀ ਆ ਜਾਓ ਹੁਣ ਕਿ ਨਹੀਂ ਆਉਣਾ ਮੰਮਾ ਪਾਪਾ ਆ ਜਾਓ ਸਾਰੇ ਬਾਹਰ ਆ ਗਏ ਪਾਪਾ ਨੇ ਪਾਪਾ ਜੀ ਆ ਜਾਓ ਅਦਰ ਕੌਣ ਪਾਪਾ ਉੱਠਣ ਆਇਓ ਆਇਓ ਬਾਹਰ ਆਇਓ ਲਓ ਜੀ ਮੰਮਾ ਦੇ ਲਏ ਕੰਮ ਨਹੀਂ ਮੁੱਕੇ ਮੰਮਾ ਉਹ ਦੂਧ ਅੰਦਰ ਰੱਖਣ ਜਾਏ ਚੱਲੀਏ ਤੇ ਚਲੋ ਜੀ ਹੁਣ ਤੁਹਾਨੂੰ ਮੈਂ ਆਹਿਸਤਾ ਆਹਿਸਤਾ ਕਰਕੇ ਸਭ ਦੀ ਫਾਈਨਲ ਲੁੱਕ ਵਹਾਨੀ ਹੈ ਚਲੋ ਆਨਾ ਪਹਿਲੀ ਤੇਰੀ ਐਸ ਕਰੋ ਚੱਲ ਵੀ ਪਿੱਛੋ ਨੈਕਸਟ ਮਾਏ ਸੈਕਿੰਡ ਬ੍ਰਦਰ ਇਹ ਹੈ ਖੈਰ ਹੋ ਗਈ ਨੈਕਸਟ ਮਾਏ ਆਉਂਦਾ ਸੇ ਐਚ ਕਰੋ ਐਚ ਹਾਂ ਐਚ ਹੁਸੈਨ ਬਿਸਮਿਲ੍ਲਾਹ ਬਾਹਰ ਫਿਰਨ ਤੋਂ ਇਲਾਵਾ ਸਾਨੂੰ ਕੋਈ ਕੰਮ ਹੀ ਨਹੀਂ ਹੈਗਾ ਵਾ ਚਲੋ ਵਹਾਂ ਪੇ ਖੜੇ ਹੋ ਫੈਮਿਲੀ ਪਿਕ ਹਾਏ ਮੈਂ ਫੈਮਿਲੀ ਚੋਂ ਮਿਸ ਆ ਨਹੀਂ ਤੂੰ ਮੈਡਮ ਐਚ ਕਰ ਦੋ ਹਾਏ ਅੱਲਾ ਮੰਮਾ ਨੇ ਬਿਜਤੀ ਖਾਣੇ ਦੀ ਗੁਦਰੀ ਗੁਦਰੀ ਹੋਈ ਈ ਮੁਬਾਰਕ ਮੰਮਾ ਨੇ ਕਿਹਾ ਹੈ ਤੇ ਮੁਬਾਰਕ ਹੋਇਆ ਨਹੀਂ ਤੇਰੀ ਹੋਰ ਮੇਰੀ ਵੀ ਫੁੱਲ ਲੁੱਕ ਵਹਾ ਦੋ ਵੀ ਮੇਰੇ ਵੀ ਬਣੀਆਂ ਮੇਰੀ ਵੀ ਤਾਂ ਫੁੱਲ ਲੁੱਕ ਵੇਖਣੀ ਨਾ ਡਾਕਟਰ ਨੇ ਬੋਲਾ ਥਾ ਆਸ਼ਾ ਕੋ ਨਾ 5000 ਕੇ
लेज लेके दे। आपी कल कुरकुरे खादा सी ते उल्टी आई सी। हेलो हेलो हेलो। आज लेज खाने ते फिर सीधी आवेगी। हेलो मैं आ रहा हूं। पापा जी हुण आ जाओ। सफर असि तय कर लिया ते कोई अद्धे तो थोड़ा सा सफर रह गया अद्धे तो ज्यादा तय कर लिया अद्धे तो ज्यादा रह गया ਤਿਆਰੀਆਂ ਕਰ ਰਹੇ ਆ ਤੇ ਅੱਧਰ ਵੇਖੋ ਜੀ ਆ ਨਿੱਕੇ ਨਿੱਕੇ ਬੱਚੇ ਬਚੂੰਗੜੇ ਫਿਰ ਰਹੇ ਨੇ ਇਹ ਖੇਲ ਰਹੇ ਨੇ ਤੇ ਹੈਲੋ ਕਰ ਦੋ ਹੈਲੋ ਯੇ ਹੈ ਜੀ ਅਬਦੁਲ ਰਹਿਮਾਨ ਮੇਰੇ ਮਾਮੂ ਕਾ ਵੱਡਾ ਬੇਟਾ ਠੀਕ ਹੈ ਤੇ ਇਹ ਵੇਖੋ ਜੀ ਆਹ ਹੈ ਜੀ ਹਰਸ਼ਾਂ ਅੱਜ ਕਦੋਂ ਤੇ ਬਾਕੀ ਜੀ ਹੁਣ ਵਾਪਸ ਜਾਣ ਦੀਆਂ ਤਿਆਰੀਆਂ ਤਿਆਰੀਆਂ ਹੋ ਰਹੀਆਂ ਨੇ ਸਾਰੇ ਜਣੇ ਰੈਡੀ ਹੋ ਗਿਆ ਹੋਏ ਨੇ ਜਿਵੇਂ ਕਿ ਤਾਂ ਤੁਸੀਂ ਵੇਖ ਲਓ ਮੈਂ ਵੀ ਰੈਡੀ ਹੋ ਗਈ ਹਾਂ ਹੁਣ ਬਸ ਨਾ ਗੱਡੀ ਸ਼ੱਡੀ ਮੰਗਵਾਉਣੀ ਹੈ ਤੇ ਹੁਣ ਜਾਣਾ ਜੀ ਘਰ ਜਾਣ ਛੁੱਟੇ ਜਾਈਏ ਹੁਣ ਭਾਈ ਵਿਚਾਰਿਆਂ ਦਾ ਅਸੀਂ ਇੰਨਾ ਸਿਆਪਾ ਪਾਇਆ ਅਸੀਂ ਇੰਨੇ ਬਾਲ ਸੀ ਵਿਚਾਰੀ ਸਾਡੀ ਮਾਮੀ ਭਾਰੇ ਤੋਂ ਉਦੋਂ ਖੱਪ ਗਈ ਹੈ ਤੇ ਚਲੋ ਹੁਣ ਫਿਰ ਸਾਰੇ ਜਣੇ ਰੈਡੀ ਹੋ ਗਏ ਨੇ ਗੱਡੀ ਵਾਲਾ ਆਉਣ ਵਾਲਾ ਚੜ ਪਈ ਤੇ ਫਿਰ ਅਸੀਂ ਚੱਲੀਏ ਘਰ ਸਾਰੇ ਬੈਠੇ ਹੋਏ ਨੇ ਤੇ ਆਹ ਵੇਖੋ ਪਾਪਾ ਵਿਚਾਰੇ ਆਉਂਦੇ ਹੀ ਲੰਮੇ ਪੈ ਗਏ ਗੱਲ ਅਸੀਂ ਥੱਕ ਗਏ ਸੀ ਸੱਚੀ ਮੈਂ ਤੁਹਾਨੂੰ ਦੱਸਾਂ
ਬੜਾ ਥੱਕ ਗਿਆ ਅੱਜ ਸਗੋਂ ਅਸੀਂ ਜਲਦੀ ਆ ਗਏ ਹਾਂ ਕੱਲ੍ਹ ਤਾਂ ਜਾਣ ਲੱਗਿਆ ਸਾਨੂੰ ਕਾਫੀ ਦੇਰ ਲੱਗੀ ਸੀ ਦੋ ਤਿੰਨ ਘੰਟੇ ਲੱਗ ਗਏ ਅਤੇ ਅੱਜ ਤਾਂ ਅਸੀਂ ਘੰਟੇ ਦੇ ਵਿੱਚ ਵਿੱਚ ਗੱਡੀ ਬਹੁਤ ਤੇਜ਼ ਸੀ ਅਸੀਂ ਫਟਾਫਟ ਪਹੁੰਚ ਗਏ ਹਾਂ ਅਤੇ ਇੱਧਰ ਵੇਖੋ ਇਸ ਕੁੜੀ ਵੱਲ ਵੇਖ ਲਓ ਆਉਂਦੇ ਹੀ ਜੁੜ ਪਈ ਅਤੇ ਹੁਸੈਨ ਜੀ ਜ਼ੈਨ ਕੀ ਹੋਇਆ ਹੈ ਥੱਕ ਮੈਂ ਵੀ ਬਹੁਤ ਥੱਕ ਬੜਾ ਹੀ ਥੱਕ ਗਈ ਸੱਚੀ ਮੈਂ ਤੁਹਾਨੂੰ ਦੱਸਾਂ ਲੱਤਾਂ ਦੁਖਣ ਦਈਆਂ ਨੇ ਹੁਣ ਝਟਕੋ ਰੈਸਟ ਰੁਸਟ ਕਰੀਏ ਅਤੇ ਫਿਰ ਆਪਦੀ ਅਸਲੀ ਹਾਲਤ 'ਚ ਵਾਪਸ ਆਈਏ ਆਪਦੇ ਦੂਜੇ ਕੱਪੜੇ ਪਾਈਏ ਪੁਈਏ ਅਤੇ ਮੂੰਹ ਹੱਥ ਧੋਈਏ ਬਸ ਇੰਨੀ ਦੇਰ ਈਦ ਹੁੰਦੀ ਹੈ ਅੱਜ ਤੀਜਾ ਦਿਨ ਬਸ ਈਦ ਖਤਮ ਐਂਡ ਅਤੇ ਅਸਲੀ ਹਾਲਤ 'ਚ ਵਾਪਸ ਹਾਂ ਅਸੀਂ ਐਵੇਂ ਤਾਂ ਹੈ ਨਹੀਂ ਜਿਵੇਂ ਦੇ ਈਦ 'ਤੇ ਹੁੰਦੇ ਹਾਂ ਈਦ 'ਤੇ ਬਸ ਮੇਕਅਪ ਦਾ ਹੀ ਕਮਾਲ ਹੁੰਦਾ ਬਸ ਵਾਹ ਵਾਹ ਹੋਰ ਤੁਸੀਂ ਉੱਥੇ ਇਹਨਾਂ ਨੇ ਇੰਨੀਆਂ ਚੀਜ਼ਾਂ ਖਾਧੀਆਂ ਤੋ ਬਸ ਤਾਂ ਫਿਰ ਲਾ ਮੈਂ ਵੀ ਖਾਧੀਆਂ ਸੀ ਪਰ ਮੈਂ ਥੋੜ੍ਹੀਆਂ ਖਾਧੀਆਂ ਸੀ ਇਹਨਾਂ ਨੇ ਇੰਨੀਆਂ ਖਾਧੀਆਂ ਤੋਬਾ ਤੋਬਾ ਯਾ ਅੱਲਾ ਤੋਬਾ ਯਾ ਅੱਲਾ ਅਤੇ ਆਮ ਨਾਲ ਤਾਂ ਚੈਨ ਨਹੀਂ ਨਾ ਜਾਂ ਜਦੋਂ ਅਸੀਂ ਗਹਿ ਜਾਂਦੇ ਹੋਏ ਵੀ ਸਾਰੇ ਰਾਹ ਖਾਂਦੀ ਗਈ ਖਾਂਦੀ ਗਈ ਆਉਂਦੇ ਹੋਏ ਵੀ ਸਾਰੇ ਰਾਹ ਖਾਂਦੀ ਆਈ ਉੱਥੇ ਵੀ ਇਹਨੇ ਸਾਰਾ ਦਿਨ ਅਤੇ ਸਾਰੀ ਰਾਤ ਇਹਨੇ ਖਾਧਾ ਹੀ ਅੰਮਾ ਜੇ ਠੰਡਾ ਫਿਰ ਠੀਕ ਹੈ ਮੰਮਾ ਗਰਮ ਮੰਮਾ ਕਹਿੰਦੀ ਪੁੱਤਰ ਹਲੇ ਗਰਮ ਪਾਣੀ ਪੀਓ ਹੁਣ ਉਹ ਮੌਸਮ ਹੈ ਜਦੋਂ ਆਪਣੇ ਗਲੇ ਖਰਾਬ ਖਰੂਬ ਹੋਣੇ ਨੇ ਅਤੇ ਬਾਕੀ ਜੀ ਸਾਨੂੰ ਨਾ ਨਾਨੋ ਘਰ ਬਹੁਤ ਮਜ਼ਾ ਆਇਆ ਬਹੁਤ ਸਾਨੂੰ ਖੁਸ਼ੀ ਹੋਈ ਅਸੀਂ ਮਿਲ ਕੇ ਆਏ ਅਸੀਂ ਨਾ ਵੀ ਇਹ ਗਰਮੀਆਂ ਦੀਆਂ ਛੁੱਟੀਆਂ 'ਚ ਨਹੀਂ ਗਿਆ ਸੀ ਇਸ ਵਾਸਤੇ ਫਿਰ ਹੋਣ ਗਿਆ ਸੀ ਕਿ ਈਦ ਦੀਆਂ ਭਾਈਆਂ ਨੂੰ ਵੀ ਛੁੱਟੀਆਂ ਨੇ ਆਮਨਾ ਨੂੰ ਵੀ ਮੈਨੂੰ ਵੀ ਛੁੱਟੀਆਂ ਨੇ ਅਤੇ ਤੁਸੀਂ ਵੀ ਕਮੈਂਟ ਕਰਕੇ ਦੱਸੋ ਕਿਹੜੇ ਕਿਹੜੇ ਨਾਨੋ ਘਰ ਗਿਆ ਸੀ ਅਤੇ ਜਾਂ ਕਿਤੇ ਵੀ ਗਿਆ ਜਿੱਥੇ ਮਤਲਬ ਤੁਹਾਨੂੰ ਕਿਸੇ ਨੇ ਇਨਵਾਈਟ ਕੀਤਾ ਜਾਂ ਤੁਸੀਂ ਖੁਦ ਉਹਨਾਂ 'ਤੇ ਖੁਦ ਚਲੇਗਾ ਭੱਜ ਕੇ ਹਾਂ ਨਾਨੋ ਘਰ ਹੀ ਜਾਣਾ ਹੋਰ ਜੀ ਕਿੱਥੇ ਜਾਣਾ ਹੈਗਾ ਦਾਦਕੇ ਤਾਂ ਸਾਰੇ ਕੋਲ ਕੋਲ ਰਹਿੰਦੇ ਹੁੰਦੇ ਨੇ ਹੁਣ ਦਾਦਕੇ ਕੋਲ ਬਾਕੀ ਉਹ ਹਿਸਾਬ ਹੋਇਆ ਅਤੇ ਬਾਕੀ ਜੀ ਹੋਰ ਅਸੀਂ ਰੈਸਟ ਰੁਸਟ ਕਰੀਏ ਅਤੇ ਚੱਟ ਸਾਹ ਸੂਹ ਲਈਏ ਅਤੇ ਤੁਸੀਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰਕੇ ਦੱਸੋ ਤੁਹਾਡੇ 'ਚੋਂ ਕੌਣ ਕੌਣ ਨਾਨੋ ਘਰ ਗਿਆ ਅਤੇ ਕਿੱਥੇ ਕਿੱਥੇ ਗਿਆ ਫੁੱਫੋ ਕੋਲ ਮਾਮੂ ਕੋਲ ਚਾਚੂ ਕੋਲ ਕਿਹਦੇ ਘਰ ਤੁਸੀਂ ਗਿਆ ਸੀ ਠੀਕ ਹੈ ਅਤੇ ਬਾਕੀ ਜੀ ਜੇ ਹਾਲੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਛੇਤੀ ਛੇਤੀ ਉਹ ਵੀ ਕਰ ਲਵੋ ਅਤੇ ਚਲੋ ਜੀ ਠੀਕ ਹੈ ਫਿਰ ਹੁਣ ਲਾ ਮਾਮੂ ਘਰ ਆ ਗਿਆ ਕਹਿੰਦਾ ਮਾਮੂ ਨੂੰ ਕਹੋ ਮੇਰਾ 100 ਰੁਪਏ ਚਲੋ ਜੀ ਠੀਕ ਹੈ ਫਿਰ ਹਾਫਿਜ਼